ਮੈਂ ਤੈਨੂੰ ਸਹਿਣੀਆਂ ਪੈਣੀਆਂ ਇਹ ਗੱਲਾਂ। ਐਮ ਕੇ ਸੋਨੀ ਐਡਵੋਕੇਟ ਨਾਲ ਮੋਹਿਤ ਸੋਨੀ, ਰਾਜਦੀਪ ਸਿੰਘ ਜੀ, ਅਸੀਂ ਤਿੰਨੇ ਜਾਣੇ ਪੇਸ਼ ਹੋਏ ਹਾਂ ਇਹਨਾਂ ਵੱਲੋਂ, ਹਰਮਨਪ੍ਰੀਤ ਸਿੰਘ ਅਤੇ ਬਲਰਾਜ ਸਿੰਘ ਵੱਲੋਂ। ਇਹਨਾਂ 10 ਦਿਨ ਦਾ ਪੁਲਿਸ ਰਿਮਾਂਡ ਅਤੇ ਕੋਰਟ ਨੇ ਜਿਹੜਾ ਬਹਿਸ ਸੁਣਨ ਤੋਂ ਬਾਅਦ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ। ਇਹਨਾਂ ਦੇ ਉੱਤੇ ਕੇਸ ਪਾਇਆ 68 ਨੰਬਰ FIR 307 ਪੁਲਿਸ ਇਨਕਾਊਂਟਰ, ਨਾਲ ਚੋਰੀ ਦਾ ਪਾਇਆ, ਨਾਲ ਸੈਕਸ਼ਨ 34 ਲਗਾਇਆ, ਨਾਲ ਇਹਨਾਂ ਕਿਹਾ 25 ਆਫ ਦੀ ਆਰਮੀ ਐਕਟ ਪਾਇਆ, ਜਿਹਦੇ ਵਿੱਚ ਉਹਨਾਂ ਵਿੱਚੋਂ ਇਹਨਾਂ ਕੋਲ ਪਿਸਤੌਲ ਬਰਾਮਦ ਹੋ ਗਿਆ ਅਤੇ ਬਾਕੀ ਉਹ ਕਹਿੰਦੇ ਇੱਕ ਬੰਦੇ ਦੀ ਰਿਕਵਰੀ ਕਰਨੀ ਜੋ ਸਟੇਟ ਤੋਂ ਬਾਹਰ, ਇਹਨਾਂ ਕੋਈ ਹਰਤੇਜ ਸਿੰਘ ਹੈ ਜਾਂ ਹਰਪਾਲ ਸਿੰਘ। ਸਰ, ਇੱਕ ਮੁੰਡੇ 'ਤੇ ਕੋਈ ਬੁਲਟ ਵੀ ਲੱਗੀ ਹੈ ਜੀ? ਇਹਨਾਂ ਦੀ ਬੁਲਟ ਨਹੀਂ ਲੱਗੀ, ਉਹ ਕਹਿੰਦੇ ਨਾ ਵੀ ਕ੍ਰੋਸ ਫਾਇਰਿੰਗ ਦੇ ਵਿੱਚ ਕੋਈ ਇੰਜਰੀ ਨਹੀਂ ਹੋਇਆ, ਪੁਲਿਸ ਵਾਲਿਆਂ ਦੀ ਸਟੇਟਮੈਂਟ ਹੈਗੀ ਸੀ ਕੋਰਟ ਕੋਲ। ਅਤੇ ਇਹ ਕਹਿੰਦੇ ਡਿੱਗਦਾ ਡਿੱਗਦਾ ਜੋ ਥੱਲੇ ਡਿੱਗਣ ਨਾਲ ਇੱਕ ਉੱਪਰ ਨੂੰ ਹਰਮਨਪ੍ਰੀਤ ਸਿੰਘ ਦੇ ਸਿਰ 'ਤੇ ਸੱਟ ਲੱਗੀ ਹੈ ਅਤੇ ਉਹਦੇ ਦੂਸਰੇ 'ਤੇ ਪੈਰ ਲੱਗਾ। ਸਰ, ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ? 3 ਦਿਨ ਦਾ ਜੀ। ਠੀਕ, ਥੈਂਕ ਯੂ ਸੋ ਮਚ। ਨਹੀਂ, ਇਸ ਤਰ੍ਹਾਂ ਨਹੀਂ ਚੰਗੀ ਲੱਗੀ ਦਾ।